ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਪਰ ਮੌਜੂਦ ਆ। ਤੁਹਾਨੂੰ ਜਾਣਕਾਰੀ ਦੇ ਦਈਏ ਕਿ 26 ਤਰੀਕ ਦੁਪਹਿਰੇ 1 ਵਜੇ ਕਿਸਾਨਾਂ ਦੇ ਵੱਲੋਂ ਇਹ ਨੈਸ਼ਨਲ ਹਾਈਵੇ ਨੂੰ ਰੋਕ ਲਿਆ ਗਿਆ ਸੀ। ਪੂਰੀ ਆਵਾਜਾਈ ਜਿਹੜੀ ਹੈਗੀ ਆ ਉਹ ਬੰਦ ਕਰ ਦਿੱਤੀ ਗਈ ਸੀ, ਕਿਉਂਕਿ ਕਿਸਾਨਾਂ ਦੇ ਵੱਲੋਂ ਕਿਤੇ ਨਾ ਕਿਤੇ ਝੋਨੇ ਦੀ ਸਹੀ ਖਰੀਦ ਨਾ ਹੋਣ ਦੇ ਚੱਲਦੇ ਪੂਰੇ ਪੰਜਾਬ ਦੇ ਵਿੱਚ ਸੜਕਾਂ ਰੋਕੀਆਂ ਗਈਆਂ ਸੀ। ਪਰ ਹੁਣ ਕੱਲ੍ਹ ਕਿਸਾਨਾਂ ਦੇ ਨਾਲ ਸਰਕਾਰ ਦੀ ਮੀਟਿੰਗ ਹੋਈ ਹੈ, ਜਿਸ ਤੋਂ ਬਾਅਦ ਕਿਸਾਨਾਂ ਨੇ ਨੈਸ਼ਨਲ ਹਾਈਵੇ ਖੋਲ੍ਹ ਦਿੱਤਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨੈਸ਼ਨਲ ਹਾਈਵੇ ਦੇ ਉੱਪਰ ਜਿਹੜੀ ਟ੍ਰੈਫਿਕ ਹੈਗੀ ਆ ਪਹਿਲਾਂ ਵਾਂਗੂ ਬਹਾਲ ਹੋ ਗਈ ਆ, ਆਵਾਜਾਈ ਚੱਲਣ ਲੱਗ ਗਈ ਆ। ਪਰ ਵੱਡੀ ਗੱਲ ਇਹ ਆ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਹੈਗਾ ਆਪਣਾ ਧਰਨਾ ਚੱਕਿਆ ਨਹੀਂ ਗਿਆ। ਕਿਸਾਨਾਂ ਦੇ ਵੱਲੋਂ ਆਪਣੇ ਉਹੀ ਟੈਂਟ ਜਿਹੜੇ ਸੜਕਾਂ ਦੇ ਉੱਪਰ ਲੱਗੇ ਹੋਏ ਸੀ ਹੁਣ ਸੜਕਾਂ ਤੋਂ ਥੋੜ੍ਹੀ ਦੂਰੀ 'ਤੇ ਨਜ਼ਦੀਕੀ ਦੇ ਨਾਲ ਹੀ ਲਗਾ ਲਏ ਗਏ ਨੇ। ਤਸਵੀਰਾਂ ਕਿ ਕਿਸਾਨ ਪੱਕਾ ਮੋਰਚਾ ਆਪਣਾ ਉਸੇ ਤਰੀਕੇ ਦੇ ਨਾਲ ਲਗਾ ਰਹੇ ਨੇ ਅਤੇ ਉਸੇ ਤਰੀਕੇ ਦੇ ਨਾਲ ਕਿਸਾਨ ਉਰੇ ਹਮੇਸ਼ਾ ਕਿਸਾਨਾਂ ਦੇ ਗੱਲ ਕੀਤੀ ਜਾਂਦੀ ਕਿ ਸਾਨੂੰ ਸਰਕਾਰ ਤੋਂ ਭਰੋਸਾ ਮਿਲਿਆ, ਸਰਕਾਰ ਨੇ ਸਾਨੂੰ ਸਮਝ ਲਿਆ ਕਿ ਜਿਹੜੇ ਹਾਲਾਤ ਨੇ ਸੁਧਰ ਜਾਣਗੇ ਪੰਜਾਬ ਦੇ ਵਿੱਚ, ਝੋਨੇ ਦੀ ਜਿਹੜੀ ਫਸਲ ਦੀ ਖਰੀਦ ਆ ਉਹ ਸਹੀ ਹੋਊਗੀ, DAP ਦੀ ਜਿਹੜੀ ਪੂਰਤੀ ਆ ਉਹ ਪੂਰੀ ਹੋਊਗੀ। ਪਰ ਅਸੀਂ ਆਪਣੇ ਘਰਾਂ ਨੂੰ ਨਹੀਂ ਜਾ ਰਹੇ, ਅਸੀਂ ਇੱਥੇ ਰਹਾਂਗੇ। ਅਗਰ ਹਾਲਾਤ ਦੁਬਾਰਾ ਆਪਾਂ ਦੇ ਬਣਦੇ ਤਾਂ ਅਸੀਂ ਦੁਬਾਰਾ ਸੜਕਾਂ 'ਤੇ ਆ ਸਕਦੇ ਹਾਂ। ਕਿਸਾਨ ਲੀਡਰ ਨਾਲ ਗੱਲਬਾਤ ਵੀ ਕਰਦੇ ਹਾਂ, ਬਾਈ ਜੀ ਕਿਸ ਤਰੀਕੇ ਨਾਲ ਦੇਖ ਰਹੇ ਹੋ ਆਪਾਂ ਦੇ ਸੜਕ ਜਿਹੜੀ ਹੈਗੀ ਆ ਖੋਲ ਦਿੱਤੀ ਗਈ ਆ, ਪਰ ਧਰਨਾ ਤੁਹਾਡਾ ਹਜੇ ਵੀ ਜਾਰੀ ਆ। ਬਿਲਕੁਲ, ਕੱਲ੍ਹ ਜਿਹੜੀ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਹੋਈ ਆ ਉਹਦੇ ਵਿੱਚ ਸਰਕਾਰ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਝੋਨੇ ਦਾ ਕ੍ਰਾਈਸਿਸ ਜਿਹੜਾ ਪੈਦਾ ਹੋਇਆ ਪੰਜਾਬ 'ਚ ਉਹਨੂੰ 1-2 ਦਿਨਾਂ ਦੇ ਵਿੱਚ ਹੱਲ ਕਰਾਂਗੇ, ਕਿਸਾਨਾਂ ਦੀ ਖੱਜਲ ਖੁਆਰੀ ਬੰਦ ਕਰਾਂਗੇ, DAP ਜਿਹੜਾ ਉਹਨੂੰ 2-4 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਆਮ ਵਾਂਗ ਕਰ ਦਿਆਂਗੇ। ਇਹ ਝੋਨੇ ਦੀ ਪਰਾਲੀ ਦੇ ਮਤਲਬ ਤੇ ਸਰਕਾਰ ਜਿਹੜੀ ਚੁੱਪ ਵੱਟੀ ਹੋਈ ਹੈ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੇ ਧਰਨੇ ਸੀ ਉਹ NH7 ਹੋ ਗਿਆ ਜਾਂ ਜਿੰਨੇ ਵੀ ਹਾਈਵੇ ਉੱਪਰ ਚੱਲ ਰਹੇ ਸੀ ਉਹ ਕੱਲ੍ਹ ਸ਼ਾਮ ਨੂੰ ਸਾਰੇ ਚੱਕ ਲਏ ਗਏ ਨੇ। ਹਾਲਾਂਕਿ ਧਰਨੇ ਅਸੀਂ ਰੋਡ ਦੇ ਉੱਪਰੋਂ ਚੱਕੇ ਨੇ ਜਿਹੜੇ ਮੇਨ ਰੋਡ ਸੀ, ਪਰ ਸਾਈਡ 'ਤੇ ਚਾਹੇ ਉਹ ਸਲਿੱਪਰੀ ਰੋਡ ਹੋਵੇ ਜਾਂ ਕੋਈ ਖਾਲੀ ਜਗ੍ਹਾ ਹੋਵੇ ਉਹਦੇ ਉੱਪਰ ਜਿਹੜੇ ਧਰਨੇ ਨੇ ਇਸੇ ਤਰ੍ਹਾਂ ਚੱਲ ਰਹੇ ਨੇ। ਕਿਉਂਕਿ ਇਹਦੇ ਕਾਰਨ ਕੀ ਆ ਜਿੱਥੇ ਧਰਨੇ ਰੱਖੇ ਹੋਏ ਨੇ? ਇਸ ਦਾ ਇਹ ਕਾਰਨ ਹੈ, ਜੇ ਤੁਸੀਂ ਪੰਜਾਬ ਸਰਕਾਰ ਦੀ ਪਿਛਲੀ ਕਾਰਗੁਜ਼ਾਰੀ ਦੇਖੋ ਤਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਹੋਣ ਜਾਂ ਇੱਥੋਂ ਦੇ ਮੰਤਰੀ ਸਾਹਿਬਾਨ ਹੋਣ, ਉਹ ਕਈਆਂ ਗੱਲਾਂ ਤੋਂ ਦੂਜੇ ਤੀਜੇ ਦਿਨ ਹੀ ਮੁੱਕਰ ਜਾਂਦੇ ਨੇ। ਹੁਣ ਸਰਕਾਰ ਨੇ 1-2 ਦਿਨ ਦਾ ਸਮਾਂ ਲਿਆ, ਆਪਾਂ ਸਮਾਂ ਦਿੱਤਾ ਵੀ 1-2 ਦਿਨ ਇਹ ਮੋਰਚਾ ਅਸੀਂ ਸਾਈਡ 'ਤੇ ਚਲਾਵਾਂਗੇ। ਜੇ ਤੁਸੀਂ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰੋਗੇ 2 ਦਿਨਾਂ ਦੇ ਵਿੱਚ ਤਾਂ ਫਿਰ ਤਿੱਖੇ ਐਕਸ਼ਨ ਪ੍ਰੋਗਰਾਮ ਇਸੇ ਤਰ੍ਹਾਂ ਕੀਤੇ ਜਾਣਗੇ। ਅਤੇ ਹੁਣ ਲੋਕ ਉਸੇ ਤਰੀਕੇ ਨਾਲ ਇਕੱਠੇ ਨੇ, ਤਿਆਰੀ ਹੈ ਉਸ ਤਰੀਕੇ ਨਾਲ? ਹਾਂ, ਉਸੇ ਤਰੀਕੇ ਤਿਆਰੀ ਹੈ ਜੀ। ਜਿਹੜਾ ਖਤਮ ਨਹੀਂ ਕੀਤਾ, ਇੱਕ ਤਰ੍ਹਾਂ ਦਾ ਸਿਫਟਿੰਗ ਕੀਤਾ ਸਾਈਡ 'ਤੇ, ਕਿਉਂਕਿ ਸਰਕਾਰ ਨੇ ਜਿਹੜੀਆਂ ਗੱਲਾਂ ਉਹਨਾਂ ਨੇ ਮੰਤਰੀਆਂ ਨੇ ਜਿਹੜੀਆਂ ਗੱਲਾਂ ਨਾਲ ਚਲੋ ਕੋਈ ਸਹਿਮਤੀਆਂ ਜਿਤਾਈਆਂ, ਉਹ ਇਹ ਦੇਖਣ ਲਈ ਰੋਡ ਆ ਜਿਹੜੇ ਤਾਂ ਖੋਲ੍ਹੇ ਗਏ ਨੇ ਵੀ ਚਲੋ ਦੇਖਦੇ ਹਾਂ। ਪਹਿਲਾਂ ਹੀ ਬਹੁਤ ਸੋਚਿਆ ਸਰਕਾਰ ਨੂੰ, ਕਿਉਂਕਿ ਹੁਣ ਸਰਕਾਰ ਦੇ ਮੰਤਰੀ ਆ ਜਿਹੜਾ ਖੇਤੀਬਾੜੀ ਮੰਤਰੀ ਆ ਅਤੇ ਖਾਦ ਮੰਤਰੀ, ਉਹਨਾਂ ਨੇ ਦੋਨਾਂ ਨੇ ਵਿਸ਼ਵਾਸ ਦਵਾਇਆ ਗਾ ਵੀ ਜਿਹੜੀਆਂ ਮੰਡੀਆਂ 'ਚ ਝੋਨੇ ਦੀ ਜਿਹੜੀ ਖਰੀਦ ਹੋ ਰਹੀ ਆ ਵੀ ਉਹਨੂੰ ਤੁਰੰਤ ਜਿਹੜਾ ਤੇਜ਼ੀ ਦੇ ਨਾਲ ਲਿਫਟਿੰਗ ਦਾ ਕੰਮ ਆ ਉਹ ਛੇਤੀ ਕਰ ਦਿਆਂਗੇ ਅਤੇ ਉਹ 'ਚ ਤੇਜ਼ੀ ਲਿਆਵਾਂਗੇ। ਪਰ ਦੂਜੇ ਪਾਸੇ ਜੇ ਦੇਖਣਾ ਹੋਵੇ, ਜਿਵੇਂ ਪੰਜਾਬ ਦਾ ਇਹ ਮੰਤਰੀ ਆ ਜਿਹੜੇ ਉਹ ਕੁਝ ਹੋਰ ਕਹਿ ਰਿਹਾ, ਅਤੇ ਜੇ ਅੱਜ ਦੇ ਅਖਬਾਰਾਂ ਦੀ ਸੁਰਖੀਆਂ ਦੇਖੀਏ, ਅੱਜ ਸੰਗਰੂਰ ਜ਼ਿਲ੍ਹੇ ਦਾ SSP ਕਹੀ ਜਾਂਦਾ ਗਾ ਵੀ ਆਉਣ ਵਾਲੇ ਕਿਸਾਨਾਂ ਨੂੰ ਹੈ, ਉਹਨਾਂ ਨੂੰ ਚੇਤਾਵਨੀਆਂ ਦੇਈ ਜਾਂਦਾ ਇੱਕ ਪਾਸੇ, ਪਰ ਦੂਜੇ ਪਾਸੇ ਜਿਹੜੇ ਮੰਤਰੀ ਆ ਉੱਥੇ ਗੱਲਾਂ ਕੋਈ ਹੋਰ ਥੱਲੇ ਕਰਨ 'ਚ ਹੋਰ ਹੈ। ਅਸਲ ਜਿਹੜੀ ਮੰਗ ਹੈਗੀ ਆ ਉਹ ਝੋਨੇ ਦੀ ਖਰੀਦ ਅਤੇ DAP ਆ ਜਿਹੜੀ, ਅਸਲ ਤੁਹਾਡਾ ਜਿਹੜਾ ਮੁੱਦਾ ਹੈਗਾ ਵੀ ਹਾਂ ਉਹ ਹੱਲ ਹੋਣੀ ਚਾਹੀਦਾ ਹਰ ਹਾਲਤ? ਬਿਲਕੁਲ, ਜਿਹੜਾ DAP ਦੀ ਹੈ ਜੀ ਉਹ ਵੱਡੀ ਕਿੱਲਤ ਆ, ਕਿਉਂਕਿ ਕਿਸਾਨ ਜਦੋਂ ਵੀ ਝੋਨਾ ਲਾਉਂਦਾ ਜਾਂ ਹੋਰ ਦੂਜੀ ਹੋਰ ਫਸਲਾਂ ਬੀਜਦਾ, ਫਸਲਾਂ ਬੀਜਣ ਵੇਲੇ ਵੀ ਸੜਕਾਂ 'ਤੇ ਆਉਣਾ ਪੈਂਦਾ ਅਤੇ ਵੇਚਣ ਵੇਲੇ ਵੀ ਸੜਕਾਂ 'ਤੇ ਆਉਣਾ ਪੈਂਦਾ, ਇਸ ਕਰਕੇ DAP ਦੀ ਘਾਟ ਆ। ਜੀਰੀ ਲਾਉਣ ਵੇਲੇ ਉਦੋਂ ਬਿਜਲੀ ਦੀ ਘਾਟ ਆਉਂਦੀ ਆ, ਉਦੋਂ ਬਿਜਲੀ ਲਾਉਣ ਲਈ ਸਾਨੂੰ ਸੜਕਾਂ 'ਤੇ ਆਉਣਾ ਪੈਂਦਾ ਗਾ। ਇਹਦਾ ਸਰਕਾਰ ਅਸਲ ਦੇ ਵਿੱਚ ਹੱਥ ਖੜੇ ਕਰਾਉਣਾ ਚਾਹੁੰਦੀ ਆ ਸਾਰੀ ਖੇਤੀ ਤੋਂ। ਅਜੇ ਉਡੀਕ ਕਰ ਰਹੇ ਹੋ? ਬਿਲਕੁਲ ਉਡੀਕ ਆ ਜੀ, ਸਾਨੂੰ ਪਤਾ ਹੀ ਹੈਗਾ ਸਰਕਾਰ ਨੇ ਕੀ ਕਰਨਾ ਗਾ, ਤਾਂ ਹੀ ਅਸੀਂ ਇਸ ਕਰਕੇ ਧਰਨੇ ਆ ਜਿਹੜੇ ਅਸੀਂ ਸਾਈਡ 'ਤੇ ਕਰ ਲਿਆ ਵੀ 2 ਦਿਨ ਦੇਖ ਲੈਂਦੇ ਹਾਂਗੇ, ਅਤੇ ਇਸ ਕਰਕੇ ਸਾਨੂੰ ਪਤਾ ਹੈਗਾ ਵੀ ਸਰਕਾਰ ਨੇ ਜਦੋਂ ਇਹ ਸਾਰਾ ਕੁਝ ਕਰਾਉਣਾ ਗਾ ਤਾਂ ਧਾਉਣ 'ਤੇ ਗੋਡਾ 'ਚ ਨਜ਼ਰ ਰੱਖਿਆ ਨਹੀਂ, ਉਹਨਾਂ ਨਜ਼ਰ ਕੋਈ ਉਹ ਕਰਦੀ। ਬਿਲਕੁਲ, ਤੁਸੀਂ ਖੱਤ ਦੇਖ ਸਕਦੇ ਹੋ ਕਿਸਾਨਾਂ ਦਾ, ਭਾਵੇਂ ਸੜਕਾਂ ਜਿਹੜੀਆਂ ਹੈਗੀਆਂ ਨੇ ਖੋਲ੍ਹ ਦਿੱਤੀਆਂ ਗਈਆਂ ਨੇ, ਪਰ ਉਸੇ ਤਰੀਕੇ ਦੇ ਨਾਲ ਜਿਹੜੇ ਕਿਸਾਨਾਂ ਦੇ ਵੱਲੋਂ ਪੱਕੇ ਟੈਂਟ ਲਗਾਏ ਹੋਏ ਨੇ ਉਹਨਾਂ ਦੇ ਵਿੱਚ ਕਿਸਾਨ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ। ਔਰਤਾਂ ਵੀ ਛੁੱਟੀਆਂ ਨੇ ਬਿੱਟੀ ਜੀ, ਬਿੱਟੀ ਜੀ ਕੀ ਨਾਮ ਤੁਹਾਡਾ? ਕਿਵੇਂ ਦੇਖਦੇ ਹੋ ਸੜਕਾਂ 'ਤੇ ਮੌਜੂਦ? ਪਹਿਲਾਂ ਸੜਕ ਬੰਦ ਸੀ, ਹੁਣ ਸੜਕ ਖੋਲ੍ਹੀ ਆ। ਭਾਈ ਇਸ ਜਮਾਨੇ ਬੈਠੇ 2-2 ਕਿੱਲੇ ਵਾਹਣ ਦੇ ਨੇ, ਉਹੀ ਸਾਡੀ ਜੀਰੀ ਵਾਹਣ 'ਚ ਰੁੱਦੀ ਆ, ਦੱਸ ਅਸੀਂ ਕਿੱਧਰ ਨੂੰ ਜਾਵਾਂਗੇ, ਕਿੱਥੇ ਕਾਹਦੇ ਸਿੱਟੇ ਥੋੜ੍ਹੇ ਵਾਹਣ ਸਾਧਨ ਨਹੀਂ ਕਰ ਸਕਦਾ, ਹੈਂ ਰੇ ਸਾਨੂੰ ਨਹੀਂ ਮਿਲਦਾ, ਜੀਰੀ ਸਾਡੀ ਨਹੀਂ ਚੱਕੀ ਜਾਂਦੀ। ਪਰ ਹੁਣ ਹਜੇ ਸੜਕਾਂ ਖੋਲ੍ਹੇ ਨੇ, ਸਰਕਾਰ ਕਹਿੰਦੀ ਚੱਕਣ ਨੂੰ ਲੱਗਦਾ ਭਰੋਸਾ ਹੈਗਾ? ਦੇਖੋ ਜੇ ਸਾਨੂੰ ਪਹਿਲਾਂ ਨਹੀਂ ਮੋਦੀ ਨੇ ਭਰੋਸਾ ਦਿੱਤਾ ਉੱਥੇ ਦਿੱਲੀ 'ਚ ਰੋਲ ਕੇ, ਹੁਣ ਸਾਨੂੰ ਕੀ ਭਰੋਸਾ ਹੈਗਾ? ਸਾਈਡ 'ਤੇ ਹੋ ਗਏ, ਦੁਬਾਰੇ ਫਿਰ ਜਾ ਸਕਦੇ? ਹਾਂ ਜਾ ਸਕਦੇ ਹਾਂ, ਪਹਿਲਾਂ ਜਾ ਕੇ ਆਏ ਉਸੇ ਜਗ੍ਹਾ ਦੇ ਉੱਪਰ ਚੱਲ ਰਹੀ ਹੈ।
देख सकते हो बड़ी गिनती किसानों की रसोई त्रुटियां तुम देख रहे हो कि किसानों के जो लंगर है इस जगह के उपर उस तरीके चल रहे हैं। देखो असी टेंट रोडां दे उपर बिल्कुल खलवाए नेगे क्योंकि कल सरकार दे नाल मीटिंग हुई है। मीटिंग दे विच सरकार दे मंत्री ये गल नूं मन्ने ने कि असी झोने की जिहड़ी लिफ्टिंग है पंजाब दे विच उहदा भी सुधार करांगे। 17 मोस्चर तो उपर भी कुछ जाके जिहड़ी झोने की खरीद असी करांगे। शैलरां दे नाल साडा समझौता होएगा। DAP का प्रबंध असी 2-3 दिनां दे विच पंजाब दे विच जिहड़ा आम कर देवांगे। तो पराली वाले मुद्दे पर भी उन्होंने कहा कि असी देखांगे, रेड एंट्रियां नूं भी रद्द करन दी कोशिश जिहड़ी करांगे। तो फिर पर जिहड़ी पंजाब सरकार आपां पिछले समय दे विच देखिया संयुक्त किसान मोर्चे दे आगू सी जिहड़े चंडीगढ़ मीटिंग करके आए सीगे, उन्हां नाल भी मीटिंग करके सरकार अपनियां गल्लां तों जिहड़ी ओह मुकर गई सी। इस लई असीं इह प्रोग्राम है जिहड़ा इह धरने मुजाहरा इह जारी रखण दा जिहड़ा काम है वह रखांगे क्योंकि इहदे सामने जिहड़ा ग्राउंड है उहदे विच असीं इह मोर्चा जारी रखांगे। जिन्ना चिर साडे मसले ने जिहड़े 1-2 दिनां दे विच सरकार कहेगा वो हल नहीं होंगे, जे सरकार वह मसलों को हल नहीं करती तो दोबारा फिर असी तिखे एक्शन प्रोग्राम जिहड़े वो पंजाब दे विच करांगे। बिल्कुल एक बार सारे पंजाब दे विच जिहड़े रोड ने वो खाली कर दिते गए हैं। पर रोड के नाल कितें भी कोई खाली जगह है या कोई छोटी रोड है वो उपर जिहड़े धरने मुजाहरे ने वो चल रहे हैं।